subscribe to our YouTube channel. Press the bell icon to get the latest up. Inqilab! Inqilab! Bharat Mata ki umbare sonehal! Ki hala shakota leo? Tera jiro? ਵਾਹ ਬਈ ਵਾਹ, ਰੂਹ ਖੁਸ਼ ਹੋ ਗਈ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ। ਇਹ ਪਰਮਾਤਮਾ ਵੱਲੋਂ ਹੀ ਕੋਈ ਕਿਰਪਾ ਹੈ ਨਹੀਂ, ਇਹੋ ਜਿਹੇ ਵੇਲੇ ਗਰਮੀ ਦੇ ਵਿੱਚ ਇੰਨੇ ਹਨੇਰੇ ਜਾਂ ਦੁਪਹਿਰੇ ਇੰਨੇ ਲੋਕ ਉਡੀਕਦੇ ਔਰ ਗੱਡੀ ਫੁੱਲਾਂ ਨਾਲ ਭਰ ਦੇਣੀ, ਇਹ ਕੋਈ ਪਰਮਾਤਮਾ ਵੱਲੋਂ ਹੀ ਕਿਰਪਾ ਹੈ ਨਹੀਂ। ਅੱਜ ਕੱਲ੍ਹ ਲੀਡਰਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ, ਜੇ ਕੋਈ ਲੀਡਰ ਮੱਥੇ ਲੱਗ ਜੇ ਲੋਕ ਇੱਕ ਵਾਰੀ ਘਰੇ ਜਾ ਕੇ ਦੁਬਾਰੇ ਵਾਪਸ ਆਉਂਦੇ ਨੇ ਵੀ ਕੰਮ ਹੀ ਬਣਨਾ, ਉਹ ਮੱਥੇ ਲੱਗ ਗਿਆ ਸੀ। ਜਿੱਥੇ ਤੁਸੀਂ ਆਹ ਪਿਆਰ ਦੇ ਰਹੇ ਹੋ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇਹ ਸ਼ਾਹਕੋਟ ਦਾ ਇਲਾਕਾ, ਮੈਂ ਸੋਚ ਰਿਹਾ ਸੀ ਕਾਸ਼ ਰਤਨ ਸਿੰਘ ਜੀ ਕਾਕੜ ਕਲਾਂ ਵੀ ਆਪਣੇ ਵਿੱਚ ਹੁੰਦੇ, ਉਹਨਾਂ ਨੂੰ ਅੱਜ ਕਿੰਨੀ ਖੁਸ਼ੀ ਹੋਣੀ ਸੀ। ਉਹਨਾਂ ਦਾ ਪਰਿਵਾਰ ਮੈਨੂੰ ਮਿਲ ਕੇ ਗਿਆ, ਸੋ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਂਟ ਕਰਦੇ ਹਾਂ। ਸਾਡੇ ਬਹੁਤ ਧਰਤੀ ਨਾਲ ਜੁੜੇ ਹੋਏ ਸਰਪੰਚੀ ਤੋਂ ਉੱਠ ਕੇ ਸਾਡੇ ਲੀਡਰ ਸੀ, ਪਰ ਪਰਮਾਤਮਾ ਨੂੰ ਕੋਈ ਹੋਰ ਮਨਜ਼ੂਰ ਸੀ ਕੁਛ, ਤੋਂ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ, ਅਸੀਂ ਪਰਿਵਾਰ ਦੇ ਨਾਲ ਖੜਾਂਗੇ। ਵੀਰੋ, ਆਹ ਜਿਹੜਾ ਤੁਹਾਡਾ ਪਿਆਰ ਹੈ, ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ, ਇਹਨੂੰ ਕਿਸੇ ਕਰੰਸੀ 'ਚ ਮਾਪਿਆਂ 'ਚ ਤੋਲਿਆ ਨਹੀਂ ਜਾ ਸਕਦਾ। ਮੈਨੂੰ ਤਾਂ ਇੰਨੀ ਕੁ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ, ਹੁਣ ਲੋਕ ਆਪ ਹੀ ਬੋਲਣ ਲੱਗ ਗਏ। ਸੋ ਇਸ ਕਰਕੇ ਮੇਰੇ ਗਲੇ ਨੂੰ ਥੋੜ੍ਹਾ ਜਿਹਾ ਰੈਸਟ ਮਿਲਦੀ ਹੈ, ਕਿਉਂਕਿ 2 ਸਾਲ ਤੋਂ ਜੋ ਕੰਮ ਹੋ ਰਹੇ ਨੇ ਉਹੀ ਬੋਲੀ ਜਾਂਦੇ ਆ, ਅਤੇ 43,000 ਨੌਕਰੀਆਂ ਬੋਲੀ ਜਾਂਦੀਆਂ, ਬਿਜਲੀ ਦੇ ਬਿੱਲ ਬੋਲੀ ਜਾਂਦੇ ਆ ਜਿਹੜੇ ਜ਼ੀਰੋ ਆਉਂਦੇ ਆ, ਕੱਸੀਆਂ ਨਹਿਰਾਂ ਖਾਲਾਂ ਜਿਹੜੀਆਂ ਕਦੇ ਬੰਦ ਹੋ ਗਈਆਂ, 25-25, 30-30 ਸਾਲ ਬਾਅਦ ਖੇਤਾਂ 'ਚ ਪਾਣੀ ਪਹੁੰਚਿਆ, ਉਹ ਕੱਸੀਆਂ ਨਹਿਰਾਂ ਬੋਲੀ ਜਾਂਦੀਆਂ, ਉਹ ਰਾਸ਼ਨ ਬੋਲੀ ਜਾਂਦਾ ਜਿਹੜਾ ਘਰ ਘਰ ਮਿਲਣ ਲੱਗ ਗਿਆ। ਵੀਰੋ, ਉਹ ਸਨਮਾਨ ਬੋਲੀ ਜਾਂਦੇ ਆ ਫੌਜੀ ਸ਼ਹੀਦਾਂ ਨੂੰ, ਜਿਹੜੇ ਕਿ 1 ਕਰੋੜ ਰੁਪਏ ਦੇ ਅਸੀਂ ਉਹਨਾਂ ਸ਼ਹੀਦਾਂ ਦਾ ਮਾਨ ਸਨਮਾਨ ਕਰਕੇ ਆਉਂਦੇ ਹਾਂ। ਉਹਦੀ ਕੁਰਬਾਨੀ ਦੀ ਕੀਮਤ ਕੋਈ ਨਹੀਂ ਹੁੰਦੀ, ਪਰ ਕਬੀਲਦਾਰੀ ਲੀਹ 'ਤੇ ਚੜ੍ਹੀ ਰਵੇ। ਸੋ ਵੀਰੋ, ਉਹ ਟੋਲ ਪਲਾਜ਼ੇ ਬੋਲੀ ਜਾਂਦੇ ਆ, 16 ਟੋਲ ਪਲਾਜ਼ੇ ਜਿਹੜੇ ਬੰਦ ਕਰਤੇ ਇੱਕ ਦਿਨ ਦਾ, 58,77,000 ਪੰਜਾਬੀਆਂ ਦਾ ਬਚ ਗਿਆ ਇੱਕ ਦਿਨ ਦਾ। ਵੀਰੋ, ਤੁਹਾਡੇ ਨਾਲ ਦਿਆਂ ਤੁਹਾਡੇ ਵਰਗਿਆਂ ਖੜਿਆ ਇੱਦਾਂ ਹੀ ਕੋਈ ਫਰਕ ਨਹੀਂ ਹੋਇਆ ਮੁੱਖ ਮੰਤਰੀ ਬਣ ਕੇ, ਨਹੀਂ ਤਾਂ ਮੁੱਖ ਮੰਤਰੀ ਬਣ ਕੇ ਆਰਡਰ ਕਰ ਦਿੰਦੇ ਆ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਣਾ, ਅਤੇ ਮੈਂ ਮੁੱਖ ਮੰਤਰੀ ਬਣ ਕੇ ਆਰਡਰ ਕਰਦਾ ਲੋਕਾਂ ਦੇ ਵਿੱਚ ਵੜਨਾ, ਲੋਕਾਂ ਦੇ ਵਿੱਚ ਰਹਿਣਾ। ਮੈਂ ਤਾਂ ਜਿਹੜੇ ਘਰ 'ਚ ਰਹਿੰਦੇ ਹੁੰਦੇ ਸੀ ਉੱਥੇ ਮੈਨੂੰ ਉਹੀ ਘਰ ਮੈਨੂੰ ਮਿਲਿਆ। ਮੈਂ ਤਾਂ ਸੁਖਮਣੀ ਸਾਹਿਬ ਦੇ ਪਾਠ ਕਰਾਏ ਨੇ, ਮੈਂ ਕਿਹਾ ਪਤਾ ਨਹੀਂ ਕਿੰਨੇ ਕੁ ਪਾਪ ਹੋਏ ਹੋਣੇ ਇੱਥੇ, ਇਹਨਾਂ ਨੇ ਲੋਕਾਂ ਨੂੰ ਲੁੱਟਿਆ ਕੁੱਟਿਆ ਅਤੇ ਹੁਣ ਭਾਲਦੇ ਫਿਰਦੇ ਕੁਰਸੀਆਂ। ਵੀਰੋ, ਆਮ ਘਰਾਂ ਦੇ ਧੀਆਂ ਪੁੱਤ ਕਿਉਂ ਮੁੱਖ ਮੰਤਰੀ ਬਣ ਗਏ, ਮੰਤਰੀ ਬਣ ਗਏ, MLA ਬਣ ਗਏ, MP ਬਣ ਗਏ, ਆਹੀ ਦੁੱਖ ਹੈ ਇਹਨਾਂ ਨੂੰ ਬਸ। ਆਪਾਂ ਤਾਂ ਤੁਹਾਡੇ ਵਰਗੇ ਹੀ ਰਹਾਂਗੇ। ਮੈਨੂੰ ਇੱਕ ਦੋਜੀ ਮਿਲਿਆ, ਕਹਿੰਦਾ ਮੈਂ ਦੁੱਧ ਦਾ ਕੰਮ ਕਰਦਾ ਜੀ, ਮੇਰੇ ਨਾਲ ਕਹਿੰਦਾ ਲੋਕ ਕਦੇ 3 ਮਹੀਨੇ ਬਾਅਦ ਸਾਫ ਕਰਦੇ ਸੀ, ਕਦੇ 4 ਮਹੀਨੇ ਬਾਅਦ, ਅਚਾਨਕ ਮੇਰੇ ਨਾਲ ਹਰੇਕ ਮਹੀਨੇ ਸਾਫ ਕਰਨ ਲੱਗ ਗਏ, ਮੈਨੂੰ ਪੈਸੇ ਦੇਣ ਲੱਗ ਗਏ। ਕਹਿੰਦਾ ਮੈਂ ਕਿਹਾ
ਵੀ ਮੇਰਾ ਤਾਂ ਦੁੱਧ ਵੀ ਉਹੀ ਹੈ, ਲੀਟਰ ਵੀ ਉਹੀ ਹੈ, ਜਿਹਦੇ ਨਾਲ ਮਿੰਟਾਂ ਢੋਲੀ ਵੀ ਉਹੀ ਹੈ, ਮੋਟਰਸਾਈਕਲ ਵੀ ਉਹੀ ਹੈ, ਵੀ ਤੁਸੀਂ ਹੁਣ ਹਰੇਕ ਮਹੀਨੇ ਮੇਰੇ ਨਾਲ ਹਿਸਾਬ ਕਿਉਂ ਕਰਨ ਲੱਗ ਗਏ? ਉਹ ਕਹਿੰਦਾ ਲੋਕ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਜੀਰੋ ਆਉਣ ਲੱਗ ਗਿਆ, ਭਗਵੰਤ ਮਾਨ ਨੇ ਬਿਜਲੀ ਦਾ ਬਿੱਲ ਜੀਰੋ ਕਰਤਾ, ਸਾਡੇ ਪੈਸੇ ਬਚਣ ਲੱਗ ਗਏ, ਉਹੀ ਅਸੀਂ ਤੇਰਾ ਹਿਸਾਬ ਕਰਨ ਲੱਗ ਗਏ। ਵੀਰੋ ਲਾਈਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ, ਮੇਰੇ 32 ਦੰਦ ਨੇ, ਜੋ ਮੈਂ ਕਹਿ ਦਿੰਦਾ ਬਹੁਤ ਵਾਰੀ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ, ਸੱਚੀਆਂ ਹੋ ਜਾਂਦੀਆਂ। ਮੈਂ ਕਿਹਾ ਸੀ ਮਜੀਠੀਆ ਹਾਰੂ, ਮੈਂ ਕਿਹਾ ਸੀ ਬਾਦਲ ਕਾ ਸਾਰਾ ਟੱਬਰ ਹੀ ਹਾਰੂ, ਮੈਂ ਕਿਹਾ ਸੀ ਕੈਪਟਨ ਹਾਰੂ, ਮੈਂ ਕਿਹਾ ਸੀ ਸਿੱਧੂ ਹਾਰੂ, ਮੈਂ ਕਿਹਾ ਸੀ ਭੱਠਲ ਹਾਰੂ, ਕਿਹਾ ਸੀ ਮਲੂਕਾ ਹਾਰੂ, ਬਲਟੋਆ ਹਾਰੂ, ਫਿਰ ਨਿਬੜ ਗਿਆ ਨਾ ਕੰਮ ਸਾਰਿਆਂ ਦਾ। ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ, ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ, ਅੱਗੇ ਜੋ ਤੁਹਾਡੇ ਦਿਲ 'ਚ ਆ ਉਹ ਬੋਲ ਦਿਓ, ਪੰਜਾਬ ਬਣੂਗਾ ਹੀਰੋ। ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13-0 ਕਹਿਣਾ, ਇਹਦਾ ਤੁਸੀਂ ਆਪ, ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ। ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਿਹਾ ਦੇਖਦੇ ਹੋ, ਡਰਾਮਾ ਜਿਹਾ ਵੀ ਕੌਣ ਆਉਂਦਾ ਕੌਣ ਨਾ। ਪੰਜਾਬ ਬਣੂਗਾ ਹੀਰੋ 13-0। ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ, ਪਰਮਾਤਮਾ ਸਭ ਕੁਝ ਠੀਕ ਰੱਖੇ, ਲਾਈਟ ਮੱਥੇ ਲੱਗਦੀ ਹੈ, ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਹਾਂ, ਸਭ ਕੁਝ ਠੀਕ ਰਿਹਾ ਤਾਂ ਕੱਲ੍ਹ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ, ਕੱਲ੍ਹ ਨੂੰ ਕੇਜਰੀਵਾਲ ਦੀ ਜ਼ਮਾਨਤ ਹੋ ਰਹੀ ਹੈ, ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ। ਔਰ ਆਉਣ ਸਾਰ ਪੰਜਾਬ ਲੈ ਕੇ ਆਊਂਗਾ ਕਿ ਜੀ ਉਹੀ ਪੰਜਾਬ ਹੈ ਜਿਹਨੇ 4 ਹਰੇ ਰੰਗ ਦੇ ਪੱਤੇ 2014 'ਚ ਕੱਢੇ ਸੀ, ਉਹੀ ਪੰਜਾਬ ਹੈ ਜਿਹਨੇ 92 ਹਰੇ ਰੰਗ ਦੇ ਪੱਤੇ 2022 'ਚ ਕੱਢੇ ਆ, ਅਤੇ ਸਰਕਾਰ ਹੈ ਵੀਰੋ, ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ, ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ। ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ, ਇਹ ਵੇਚੀ ਜਾਂਦੇ ਆ, ਆਹ ਮੋਦੀ ਜੀ ਨੂੰ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ, 3 ਰਾਊਂਡ ਹੋ ਗਏ ਵੋਟਾਂ ਦੇ, ਅੱਧ ਤੋਂ ਵੱਧ ਸੀਟਾਂ 'ਤੇ ਵੋਟਾਂ ਪੈ ਗਈਆਂ, ਅਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ, ਅਬ ਕੀ ਵਾਰ 400 ਪਾਰ ਨਹੀਂ, ਅਬ ਕੀ ਵਾਰ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ। ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾਂ ਸਰਕਾਰ ਨਹੀਂ ਬਣਨੀ, ਲਿਖ ਲਿਓ ਅੱਜ ਤੁਸੀਂ। ਜਦੋਂ ਆਪਣਾ, ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 13-0 ਨਾਲ ਇੱਥੋਂ ਕੁਰੂਕਸ਼ੇਤਰ ਤੋਂ, ਫਿਰ ਦਿੱਲੀ ਤੋਂ, ਗੁਜਰਾਤ ਤੋਂ ਜਦੋਂ ਆਪਣੇ ਗਏ 20-25, 10 ਆਪਣੇ ਪਹਿਲੀ ਨੇ ਉੱਥੇ ਰਾਜ ਸਭਾ 'ਚ, ਜਦੋਂ ਆਪਣੇ 35-40 ਹੋ ਗਏ ਉੱਥੇ, ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾਉਣ, ਅਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਊਂਗਾ ਤੁਹਾਨੂੰ। ਇਹ ਤਾਂ ਰੋਣ ਲੱਗ ਗਏ, ਤੁਸੀਂ ਦੇਖਿਆ ਸੀ ਹਰਸਿਮਰਤ ਕੌਰ ਪਰਸੋਂ ਰੋਣ ਲੱਗ ਗਈ, ਰੋਣ ਲੱਗ ਗਈ ਕਿ ਸਟੇਜ 'ਤੇ, ਹਜੇ ਤਾਂ ਇਕੱਲੇ ਅਥਰੂ ਜੀ ਆਏ ਨੇ, ਆ ਜਿਹੜੇ ਹਿਸਾਬ ਦਾ ਪਿਆਰ ਮਿਲ ਰਿਹਾ, ਬਸ 15-20 ਦਿਨ ਹੋਰ ਚੱਲਿਆ ਤਾਂ ਇਹ ਦੂਜੇ ਲੋਟ ਬੱਚਿਆਂ ਵਾਂਗੂ ਰੋਣਗੇ, ਸਾਨੂੰ ਹਰਾਈ ਜਾਂਦੇ ਨੇ, ਸਾਡੀਆਂ ਜ਼ਮਾਨਤਾਂ ਜ਼ਬਤ ਕਰਾਉਣਗੇ। ਲੈ ਨਾ ਚੱਲੋ ਹੁਣ, ਤੁਸੀਂ ਲੋਕਾਂ ਦੇ ਘੱਟ ਅਥਰੂ ਕਢਾਏ, ਤੁਸੀਂ ਲੋਕਾਂ ਦੀਆਂ ਘੱਟ ਚੀਕਾਂ ਕਢਾਈਆਂ,
ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਔਰ ਮਹਿਲ ਬਣਾ ਲਏ ਔਰ ਸੁੱਖ ਵਿਲਾਸ ਬਣਾ ਲਏ ਪਹਾੜਾਂ 'ਚ। ਜਾਂਚ ਕਰ ਰਿਹਾ ਉਹਦੀ, ਉਹਤੇ ਸਰਕਾਰ ਦਾ ਕਬਜ਼ਾ ਕਰਕੇ ਸਕੂਲ ਬਣਾਵਾਂਗੇ ਅਤੇ ਨਾਲੇ ਲਿਖਾਂਗੇ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ, ਇਹ ਲਿਖਾਂਗੇ ਉੱਥੇ। ਸੋ ਵੀਰ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ। ਥੋੜ੍ਹਾ ਹੋਰ ਚੱਕੋ, ਥੋੜ੍ਹਾ ਵੋਲੀਅਮ ਚੱਕੋ, ਪਤਾ ਲੱਗੇ ਉਹਨਾਂ ਨੂੰ ਵੀ ਕੁਛ ਹੋ ਰਿਹਾ ਪੰਜਾਬ 'ਚ। ਇਨਕਲਾਬ ਇਨਕਲਾਬ ਬੋਲੇ ਸੋਨਿਆਲ। ਅੱਧੇ ਮਿੰਟ ਲਈ ਪਵਨ ਟੀਨੂ ਜੀ ਤੁਹਾਡਾ ਧੰਨਵਾਦ ਵੀ ਕਰਨਗੇ, ਸਵਾਗਤ ਵੀ ਕਰਨਗੇ। ਸਭ ਤੋਂ ਪਹਿਲਾਂ ਪੰਜਾਬੀਆਂ ਦੇ, ਦੇਸ਼ ਵਾਸੀਆਂ ਦੇ ਦਿਲਾਂ ਦੀ ਧੜਕਣ, ਹਰਮਨ ਪਿਆਰੇ, ਪੰਜਾਬ ਦੀ ਉਮੀਦ ਅਤੇ ਪੰਜਾਬ ਦੀ ਹੋਪ, ਕ੍ਰਿਸ਼ਮਾਈ ਨੇਤਾ, ਵਿਕਾਸ ਪੁਰਸ਼, ਇਮਾਨਦਾਰ ਲੀਡਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਸ਼ਾਹਕੋਟ 'ਚ ਤੁਹਾਡੇ ਵੱਲੋਂ ਬਹੁਤ ਬਹੁਤ ਸਵਾਗਤ ਕਰਦਾ। ਔਰ ਵਲੰਟੀਅਰ ਸਾਹਿਬਾਨ, ਅਹੁਦੇਦਾਰ ਸਾਹਿਬਾਨ, ਆਮ ਆਦਮੀ ਪਾਰਟੀ, ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ। ਮਾਨ ਸਾਹਿਬ, ਜਿੰਨਾ ਡਿਸਿਪਲਨ, ਜਿੰਨਾ ਕੰਮ, ਜਿੰਨਾ ਜੋਸ਼ ਵਲੰਟੀਅਰਾਂ ਵਿੱਚ ਹੈ, ਮੈਂ ਰੱਬ ਦੀ ਕਸਮ ਖਾਂਦਾ 25 ਸਾਲ ਤੋਂ ਮੈਂ ਇਹ ਜੋਸ਼ ਕਦੀ ਨਹੀਂ ਦੇਖਿਆ। ਇੰਨਾ ਨੌਜਵਾਨ ਕਿਸੇ ਪਾਰਟੀ ਕੋਲ ਨਹੀਂ ਜਿੰਨਾ ਤੁਹਾਡੇ ਪਿੱਛੇ, ਤੁਹਾਡੇ ਮਿਸ਼ਨ ਦੇ ਨਾਲ ਚੱਲ ਰਿਹਾ। ਮਹਾਰਾਜ ਕਰੇ, ਪਰਮਾਤਮਾ ਕਰੇ ਕਿ ਇਹ ਕਾਫਲਾ ਤੁਹਾਡਾ ਪੰਜਾਬ ਤੋਂ ਦਿੱਲੀ ਦੀ ਗੱਦੀ ਤੱਕ ਪਹੁੰਚੇ ਔਰ ਦੇਸ਼ ਨੂੰ ਆਮ ਆਦਮੀ ਪਾਰਟੀ ਚਲਾਵੇ ਔਰ ਦੇਸ਼ ਨੂੰ ਭਗਵੰਤ ਮਾਨ ਜੀ ਵਰਗੇ, ਦੇਸ਼ ਨੂੰ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਵਰਗੇ ਨੇਤਾ, ਇਮਾਨਦਾਰ ਨੇਤਾ ਚਲਾਉਣ। ਇਹੀ ਸਾਰੇ ਪੰਜਾਬੀਆਂ ਦੀ ਆਸ ਹੈ, ਉਮੀਦ ਹੈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। 1 ਜੂਨ ਨੂੰ ਕੀ ਕਰਨਾ? ਝਾੜੂ ਫੇਰਨਾ। 1 ਜੂਨ ਨੂੰ ਸਾਰੀਆਂ ਵੋਟਾਂ ਝਾੜੂ ਦੇ ਨਿਸ਼ਾਨ 'ਤੇ ਪਾ ਕੇ 13-0 ਦਾ ਰਿਜ਼ਲਟ ਲੈ ਕੇ ਆਉਣਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਭਾਰਤ ਮਾਤਾ ਕੀ। ਮੈਨੂੰ ਪੱਤਰਕਾਰ ਕਹਿੰਦੇ, ਸੁਣਿਓ, ਮੈਨੂੰ ਪੱਤਰਕਾਰ ਕਹਿੰਦੇ ਸੁਸ਼ੀਲ ਰਿੰਕੂ ਬਾਰੇ ਤੁਸੀਂ ਕੀ ਜਵਾਬ ਦਿਓਗੇ? ਮੈਂ ਕਿਹਾ ਮੈਂ ਨਹੀਂ ਜਵਾਬ ਦੇਣਾ, 4 ਜੂਨ ਨੂੰ ਜਨਤਾ ਜਵਾਬ ਦੇ ਦੂ ਜਲੰਧਰ ਦੀ, ਵੀ ਕੀ ਕੀਤਾ, ਧੋਖਾ ਕੀਤਾ ਤੁਸੀਂ, ਜਿਨ੍ਹਾਂ ਨੇ ਮਾਣ ਬਖਸ਼ਿਆ ਉਹਨੂੰ ਵਿਚਾਲੋਂ ਛੱਡ ਕੇ ਚਲੇ ਗਏ। ਯਾਰ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ, ਉਹਦਾ ਕੋਈ ਸਟੈਂਡ ਨਹੀਂ ਹੁੰਦਾ, ਖੱਬੇ ਟੇਢਾ ਕਰ ਦਿਓ ਖੱਬੇ ਖੜ੍ਹ ਜਾਂਦਾ, ਸੱਜੇ ਕਰ ਦਿਓ ਸੱਜੇ ਖੜ੍ਹ ਜਾਂਦਾ, ਕੋਈ ਸਟੈਂਡ ਤਾਂ ਰੱਖੋ। ਇਹ ਜਨਤਾ ਜਵਾਬ ਦੇਊਗੀ 1 ਜੂਨ ਨੂੰ, ਰਿਜ਼ਲਟ ਆ ਜੂਗਾ 4 ਜੂਨ ਨੂੰ। ਆਪਾਂ ਕੁਛ ਨਹੀਂ ਬੋਲਣਾ, ਕਿਸੇ ਨਾਲ ਲੜਨਾ ਨਹੀਂ, ਕੋਈ ਮੰਦਾ ਨਹੀਂ ਬੋਲਣਾ, ਇਹ ਤਾਂ ਲੜਨ ਨੂੰ ਫਿਰਦੇ ਆਪਣੇ ਨਾਲ। ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਹਾਰਦਾ ਹੁੰਦਾ, ਜਦੋਂ ਉਹਨੂੰ ਪਤਾ ਤਾਂ ਹੁੰਦਾ ਮੈਂ ਹਾਰ ਜਾਣਾ, ਉਹ ਐਵੇਂ ਕੰਨ 'ਤੇ ਦੰਦੀਆਂ ਦੁੰਦੀਆਂ ਵੱਢਣ ਲੱਗ ਜਾਂਦਾ ਹੁੰਦਾ ਦੂਜੇ ਪਹਿਲਵਾਨ ਦੇ। ਸੋ ਇਹ ਤਾਂ ਆਪਣੇ ਲੜਨ ਨੂੰ ਫਿਰਦੇ, ਕੋਈ ਲੜਨਾ ਨਹੀਂ, ਸਿੱਧਾ ਹੀ ਕਰਨਾ, ਝਾੜੂ ਜਿਹੜਾ ਉਹਦਾ ਬਟਨ ਦੱਬ ਦੇਣਾ ਅਤੇ ਉਹ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ, ਸਾਡੀ ਸ਼ੁਰੂ। ਆਉਣ ਵਾਲੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ। ਵੀਰੋ, ਲੋਕੋ ਕੋ ਅਕਸਰ ਕਹਿਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਬਹੁਤ ਬਹੁਤ ਧੰਨਵਾਦ, ਜਿਉਂਦੇ ਵਸਦੇ ਰਹੋ, ਆਬਾਦ ਰਹੋ, ਜ਼ਿੰਦਾਬਾਦ।